जिला फतेहगढ़ साहिब दे पिंड गड़ौलिया विखे डेंगू दे बुखार दे नाल चार लोकां दी मौत होण दा मामला सामने आया, जिस तों बाद पिंड दे विच सहम दा माहौल पाया जा रहा है। इन्हां मौतां संबंधी जदों परिवारक मैंबरां दे नाल गलबात कीती गई तां भावुक होए परिवारक मैंबरां दा की कुछ कहना है, तुसीं वी सुणो। मेरे सोहरा सीगे जी खान, किन्नी उमर सी? उन्हां दी 55 साल उमर सी। किस कारण किवें मौत होई? बुखार चढ़िया जी उन्होंने, फिर डेंगू टेस्ट कराए सी, फिर डेंगू आया रिपोर्ट च, फिर उन्होंने रेफर करता सीगा 32 च, फिर उत्थे डेथ हुई है जी। डॉक्टर डिस्पेंसरी तों डॉक्टर आए सी, और रिपोर्टां वगैरह देख के गए हैं। पिंड च साफ सफाई दा प्रबंध हैगे ने जी? नहीं जी, बिल्कुल भी नहीं, बहुत गंदगी है पिंड च। मैं यही कहनी है भी सानू मुआवजा भी मिले, जो असी पैसे लाए हैं, साढ़े पिंड की सफाई भी होवे इत्थे, मतलब सारा बीमारी मुक्त होवे इत्थे। तां एड्डी नौजवान बहु चली गई, मुंडा रुल गया, किसने पालना आके? कोई मुंडा इत्थे फिरदा बेचारा छोटा जिहा, 4 साल का है, किवें पलूगा वो? किन्ने साल पहला ब्याह होया सी? 5-6 साल पहला ब्याह होया है, ये 5 साल का मुंडा है, 3-3 साल का ही ला लो तुसी, चौथा है मतलब लग्या वा उन्हूं। ਅਸੀਂ ਹੈਲਥ ਡਿਪਾਰਟਮੈਂਟ ਤੋਂ ਆਏ ਹੈਗੇ ਹਾਂ, ਫਤਿਹਗੜ੍ਹ ਸਾਹਿਬ ਸਿਵਲ ਸਰਜਨ ਦੇ ਹੁਕਮਾਂ ਦੇ ਨਾਲ। ਅਸੀਂ ਇੱਥੇ ਡੈਂਗੂ ਪੋਜ਼ੀਟਿਵ ਕੇਸ ਸੀਗੇ, 4 ਡੈਥਾਂ ਹੋ ਗਈਆਂ ਨਾ ਉਹਦੇ ਇਸ ਗੜੋਲੀਆਂ ਪਿੰਡ ਦੇ ਵਿੱਚ ਹੀ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਪੈਂਦਾ ਇਹਨੂੰ। ਅਸੀਂ ਉਸ ਚੀਜ਼ ਦੇ ਮੱਦੇਨਜ਼ਰ ਨਾ ਇਹ ਸਾਰੇ ਪਿੰਡ ਦੇ ਵਿੱਚ ਫੋਗਿੰਗ ਕਰਵਾਈ ਹੈਗੀ ਆ, 2 ਦਿਨ ਤੋਂ ਫੋਗਿੰਗ ਚੱਲ ਰਹੀ ਹੈਗੀ ਆ ਇਹਨਾਂ ਦੇ ਪਿੰਡ ਦੇ ਵਿੱਚ ਸਵੇਰੇ ਸ਼ਾਮ, ਅਤੇ ਦੈਨ ਅਸੀਂ ਸਾਰੇ ਘਰਾਂ ਘਰਾਂ ਦੇ ਵਿੱਚ ਜਾ ਕੇ, ਜਿਵੇਂ ਕਿ ਡੇਂਗੂ ਦਾ ਲਾਰਵਾ ਜਿੱਥੇ ਸਾਨੂੰ ਮਿਲ ਰਿਹਾ ਉੱਥੇ ਸਪਰੇਅ ਹੋ ਰਹੀ ਹੈਗੀ ਆ, ਘਰਾਂ ਘਰਾਂ 'ਚ ਲੋਕਾਂ ਨੂੰ ਇਸ ਚੀਜ਼ ਤੋਂ ਅਸੀਂ ਕਿਆ ਕਹਿੰਦੇ ਆ ਅਵੇਅਰ ਕਰ ਰਹੇ ਹੈਗੇ ਆ। ਉਧਰ ਇਹਨਾਂ 4 ਮੌਤਾਂ ਨੂੰ ਲੈ ਕੇ ਜਦੋਂ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਨੇ। ਜਿਹੜੇ ਮੇਰੇ ਧਿਆਨ 'ਚ ਆਇਆ ਸੀਗਾ ਮੰਡੇ ਨੂੰ ਕਿਸੇ ਦਾ ਕਿ ਉੱਥੇ ਉਹਨਾਂ ਨੂੰ ਲੱਗਿਆ ਕਿ ਕੋਈ ਜਿਹੜੀਆਂ 2-3 ਲੇਟੈਸਟ ਡੈਥਸ ਹੋਈਆਂ ਉਹ ਡੇਂਗੂ ਕਰਕੇ ਹੋਈਆਂ। ਤੋ ਇਨਫੋਰਮੇਸ਼ਨ ਜਦੋਂ ਮੈਨੂੰ ਮਿਲੀ ਤਾਂ ਮੈਂ ਨਾਲ ਦੀ ਨਾਲ ਆਪਣੀ ਜਿਹੜੀ ਟੀਮ 'ਚ ਉਹ ਸਰਵੇ ਕਰਨ ਵਾਸਤੇ ਭੇਜਦੀ ਹਾਂ ਘਰ ਘਰ ਬੁਖਾਰ ਦਾ, ਅਤੇ ਹੋਰ ਜੋ ਵੀ ਸਾਨੂੰ ਲੱਗਿਆ, ਅਤੇ ਜਿਹੜੇ 4 ਬੰਦਿਆਂ ਦੀ ਉਹ 3 ਜਾਂ 4 ਬੰਦਿਆਂ ਦੀ ਉਹ ਡੈਥਸ ਦੀ ਮੈਨੂੰ ਇਨਫੋਰਮੇਸ਼ਨ ਦੇ ਰਹੇ ਸੀ, ਉਹਨਾਂ ਦਾ ਅਸੀਂ ਜਿਹੜਾ ਸਾਰਾ ਕਰੋਨਾ ਦੇ ਜੋ ਵੀ ਕਾਗਜ਼ ਉਹਨਾਂ ਦੇ ਅਵੇਲੇਬਲ ਸੀਗਾ ਮੇਰੀਆਂ ਟੀਮਾਂ 'ਚ ਆ ਕੇ, ਅਤੇ ਮੈਂ ਜਾ ਕੇ ਲੈ ਆਇਆ ਸੀ ਉਹਨਾਂ ਨੂੰ। ਉਹਨਾਂ ਦਾ ਅਸੀਂ ਪ੍ਰੋਪਰ ਜਿਹੜਾ ਰਿਕਾਰਡ ਹੈ ਉਹ PGI ਤੋਂ, ਜੇ ਕੋਈ PGI ਡੈਥ ਹੋਈ ਆ ਪ੍ਰਾਈਵੇਟ ਹੋਸਪਿਟਲ 'ਚ ਮਰੀਜ਼ ਰਹੇ, ਅਸੀਂ ਸਾਰਾ ਰਿਕਾਰਡ ਜਿਹੜਾ ਉਹ ਮੰਗਾਉਣ ਵਾਸਤੇ ਲਿਖ ਦਿੱਤਾ, ਤੇ ਜਦੋਂ ਰਿਪੋਰਟ ਆ ਜਾਏਗਾ ਤੇ ਜਿਹੜੀ ਸਾਡੀ ਡੇਂਗੂ ਵਾਸਤੇ ਰਿਵਿਊ ਕਮੇਟੀ ਜ਼ਿਲ੍ਹਾ ਪੱਧਰੀ ਬਣੀ ਹੋਈ ਹੈ, ਤੇ ਜਿਹਦੇ ਵਿੱਚ ਕਿ ਹਰ ਤਰ੍ਹਾਂ ਦੇ ਡਾਕਟਰ ਸ਼ਾਮਿਲ ਹੁੰਦੇ ਹਨ, ਅਸੀਂ ਉਹ ਰਿਵਿਊ ਕਰਾਂਗੇ, ਤੇ ਫਿਰ ਉਹਦੇ ਰਿਵਿਊ ਕਰਨ ਤੋਂ ਬਾਅਦ ਹੀ ਉਹਨਾਂ ਦੀ ਜਿਹੜੀ ਉਹਦੇ ਬਾਰੇ ਕੋਈ ਰਾਏ ਦਿੱਤੀ ਜਾ ਸਕਦੀ ਹੈ ਕਿ ਉਹਨਾਂ ਦੀ ਮੌਤ ਦਾ ਕਾਰਨ ਕੀ। ਨਹੀਂ ਜੀ, ਹੁਣ ਤੱਕ ਉਸ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਕੋਈ ਸਾਡੇ ਕੋਲ ਕੋਈ ਵੀ ਜਿਹੜਾ ਆਫੀਸ਼ੀਅਲੀ ਮੇਰੇ ਕੋਲ ਡੇਂਗੂ ਪੋਜ਼ਿਟਿਵ ਕੇਸ ਨਹੀਂ ਹੈ। ਗੱਲ ਕੀਤੀ ਜਾਵੇ ਮੈਮ, ਡੇਂਗੂ ਦਾ ਟੈਸਟ ਤੇ ਫ੍ਰੀ ਹੁੰਦਾ ਸੀ ਸਿਵਲ ਹਸਪੀਟਲ ਦੇ ਵਿੱਚ? ਬਿਲਕੁਲ ਜੀ, ਸਾਰੇ ਜ਼ਿਲ੍ਹੇ ਦੇ ਸਾਰੇ ਸੈਂਪਲ ਜਿਹੜੇ ਹੈਗੇ ਸਾਡੇ ਕੋਲ ਤੇ ਜ਼ਿਲ੍ਹਾ ਹਸਪਤਾਲ ਵਿੱਚ ਆਉਂਦੇ ਹਨ, ਸਾਡੀ ਜਿਹੜੀ ਲੈਬ ਦੇ ਵਿੱਚ ਜਿਹੜੇ ਟੈਸਟ ਹੈ ਫ੍ਰੀ ਆਫ ਕਾਸਟ ਕੀਤੇ ਜਾਂਦੇ ਹਨ, ਤੇ ਜੋ ਫੀਲਡ ਵਿੱਚ ਜਾਂ RMP ਜਿਹੜੇ ਟੈਸਟ ਕਰਦੇ ਹਨ, ਜਿਹੜੇ ਕਾਰ ਟੈਸਟ ਜਿਨ੍ਹਾਂ ਦੇ ਰਾਹੀਂ ਉਹ ਕਹਿ ਦਿੰਦੇ ਕਿ ਮਰੀਜ਼ ਡੇਂਗੂ ਪੋਜ਼ਿਟਿਵ ਹੈ, ਉਹ ਅਧਿਕਾਰਿਤ ਤੌਰ ਤੇ ਉਹ ਅਪਰੂਵਡ ਨਹੀਂ ਹੈਗਾ। ਅਲਾਈਜ਼ਾ ਟੈਸਟ ਡੇਂਗੂ ਦਾ ਹੁੰਦਾ, ਜੇ ਉਹ ਮਰੀਜ਼ ਦਾ ਪੋਜ਼ਿਟਿਵ ਆਉਂਦਾ ਤਾਂ ਹੀ ਅਸੀਂ ਮਰੀਜ਼ ਨੂੰ ਡੇਂਗੂ ਦਾ ਮਰੀਜ਼ ਜਿਹੜਾ ਹੈਗਾ ਉਹ ਲੇਬਲ ਕਰ ਸਕਦੇ। ਜਿਹਨੂੰ ਕਿ ਅਸੀਂ ਅਲੱਗ ਤੌਰ ਤੇ ਪਾਉਂਦੇ ਹਾਂ, ਮੱਛਰਦਾਨੀਆਂ ਲਗਾਈਆਂ ਹੋਈਆਂ, ਹਰ ਤਰ੍ਹਾਂ ਦੀ ਦਵਾਈ ਦਾ ਪ੍ਰਬੰਧ ਹੈ, ਮੈਡੀਕਲ ਸਪੈਸ਼ਲਿਸਟ ਦਾ ਪ੍ਰਬੰਧ ਹੈ, ਤੇ ਜਿਹੜੇ ਸਾਰੇ ਟੈਸਟ ਤੇ ਇਲਾਜ ਮਰੀਜ਼ ਦਾ ਫ੍ਰੀ ਹੁੰਦਾ। ਪਬਲਿਕ ਨੂੰ ਜੀ, ਅਸੀਂ ਜਿਵੇਂ ਗੜੋਲੀ ਪਿੰਡ ਵਿੱਚ ਵੀ ਗਏ ਸੀਗੇ, ਗੜੋਲੀਆਂ 'ਚ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਲੋਕਾਂ ਨੇ ਪਾਣੀ ਭਰਿਆ ਹੋਇਆ ਸੀ, ਜਿੱਥੇ ਲਾਰਵਾ ਮਿਲਿਆ, ਜੋ ਕਿ ਮੇਰੇ ਜਿਹੜੇ ਹੈਲਥ ਵਰਕਰ ਉਹਨਾਂ ਨੇ ਜਾ ਕੇ ਨਸ਼ਟ ਕਰਾਇਆ, ਤੇ 3-4 ਦਿਨ ਤੋਂ ਇਹ ਐਕਟੀਵਿਟੀ ਚੱਲ ਰਹੀ ਹੈ। ਲੋਕਾਂ ਨੂੰ ਮੇਰੇ ਵੱਲੋਂ ਇਹ ਅਪੀਲ ਹੈ ਕਿ ਜਿਹੜੀ ਡੇਂਗੂ ਦੇ ਸੰਬੰਧ ਦੇ ਵਿੱਚ ਜੋ ਸਾਡੇ ਹੈਲਥ ਵਾਲੇ ਜਾ ਕੇ ਪਿੰਡਾਂ ਵਿੱਚ ਜਾਂ ਜਗ੍ਹਾ ਜਗ੍ਹਾ ਜਾ ਕੇ ਐਕਟੀਵਿਟੀ ਕਰਦੇ ਹਨ, ਜੋ ਡਿਪਾਰਟਮੈਂਟ ਦੀਆਂ ਹਦਾਇਤਾਂ ਹਨ ਉਹਨਾਂ ਨੂੰ ਜਿਹੜਾ ਹੈਗਾ ਉਹ ਪਾਲਣਾ ਕੀਤੀ ਜਾਵੇ, ਪਾਣੀ ਜਿਹੜਾ ਨਾ ਜਮ੍ਹਾਂ ਕਰਕੇ ਰੱਖਿਆ ਜਾਵੇ ਪਿੰਡਾਂ ਦੇ ਵਿੱਚ। ਬਹੁਤ ਸਾਰੇ ਘਰਾਂ 'ਚ ਗੜੋਲੀਆਂ ਦੇ ਵਿੱਚ ਅਸੀਂ ਮੇਰੀਆਂ ਟੀਮਾਂ ਗਈਆਂ, ਜਿੱਥੇ ਉਹਨਾਂ ਨੇ ਦੇਖਿਆ ਕਿ ਲੋਕਾਂ ਨੇ ਜਿਹੜਾ ਪਾਣੀ ਸਟੋਰ ਕਰਕੇ ਰੱਖਿਆ ਹੋਇਆ ਸੀ, ਤੇ ਉੱਥੇ ਲਾਰਵਾ ਵੀ ਉਹਨਾਂ ਲੋਕਾਂ ਨੂੰ ਦਿਖਾਇਆ ਗਿਆ, ਤੇ ਉਹ ਜਿਹੜਾ ਪਾਣੀ ਹੈ ਉਹ ਵੀ ਨਸ਼ਟ ਕਰਾਇਆ ਗਿਆ ਤੇ ਲਾਰਵਾ ਵੀ ਨਸ਼ਟ ਕਰਾਇਆ ਗਿਆ। ਇਹ ਐਕਟੀਵਿਟੀ 3-4 ਦਿਨ ਤੋਂ ਚੱਲ ਰਹੀ ਹੈ, ਬਟ ਇਹਦੇ ਵਿੱਚ ਸਾਨੂੰ ਜਿਹੜੇ ਲੋਕਾਂ ਦੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਜਦ ਤੱਕ ਅਸੀਂ ਆਪਣਾ ਆਪ ਧਿਆਨ ਨਹੀਂ ਰੱਖਾਂਗੇ
मॉस्किटो रिपेलेंट क्रीम लगा के रखनी चाहिए। मेन है कि आपां डेंगू का जो लार्वा है वह नहीं पल देना चाहिए जिदे कि बहुत तादाद मच्छर पैदा हो जाता है जो लार्वा सानू मिलता है। जो कि बहुत ज्यादा ब्रीडिंग जिहड़ा हैगा जगह हैगी है लार्वा दी जिथे मच्छर पनपदा है। तो सारयां नूं मेरी अपील है कि इन्हां गल्लां दा ध्यान रखो ताकि आपां बीमारियां तों बचा सकीए। बाकी मेरी ते मेरी जिहड़ी हेल्थ टीम है हमेशा हर तरह की सर्विस हर जगह देने वास्ते तैयार हैगी है। ते मेरे को डेंगू की सारी तैयारी है जे इनके साडे कोई ज्यादा इस तरह किते दिखदा है। दस दिए कि पिंड गड़ोलियां विच मनप्रीत कौर 27 साल, पाले खान उम्र 55 साल, जसविंदर कौर उम्र 62 साल, सुरिंदर कौर 65 साल की डेंगू दे बुखार दे नाल मौत हो गई है, जिसके चलदे पिंड दे विच सहम दा माहौल पाया जा रहा है। जगबाणी टीवी दे लई खन्ना तों गपेज राजू दी रिपोर्ट।